ਹਾਂ ਜੀ ਕਬਜ਼ੇ ਦਾ ਪਾਰਟ 2 ਏ ਬਾਜਵਾਨੋ ਬਾ ਚੌਧਰੀ ਜਿਹੜਾ ਆਇਓ ਫਾਇਰ ਕਰੇ ਬਾਇਆ ਜ ਸਿੱਧਾ ਆਵੇ ਅਸਾਂ ਆਖਿਆ ਕੁਰਾਨ ਨਾ ਇਹ ਬੰਦਾ ਸਨ ਲੈ ਸੀ ਤੋ ਨਹੀਂ ਤੇ ਮਜ਼ੇ ਦੀ ਗੱਲ ਦੱਸਦਾ ਚੱਲਾਂ ਬਾ ਜਿਹੜੇ ਸਾਡੇ ਮੇਨ ਮੇਰੇ ਭਾਈ ਜਿਨ੍ਹਾਂ ਦੀ ਉਹ ਬੋਈ ਦਾ ਰੋਲਾ ਉਹ ਆ ਵਕੂਆ ਤੇ ਨਾ ਹੁੰਦੇ ਕਿਉਂਕਿ ਜਿਹੜੇ ਸਾਡੇ ਮੁਖਾਲਫ ਉਹ ਜ਼ਮਾਨੇ ਚ ਜਿਨ੍ਹਾਂ ਦਾ ਰੋਲਾ ਉਹ ਉਹਨਾਂ ਟਾਰਗੇਟ ਤੇ ਰੱਖਿਆ ਨਾ ਲਿਆਦਾ ਅਸੀਂ ਬਾਹਰ ਨਾ ਆਖਦੇ ਤੁਸੀਂ ਉਧੇ ਰੋ ਇੱਧੇ ਨਾ ਆਵੇ ਜਾਂ ਘਰੋਂ ਵੀ ਐਡੀ ਨਿਕਲਣ ਦੀ ਨਹੀਂ ਲੋੜ ਜੇ ਆਦਾ ਚਾਚੂ ਮਨਵਰ 부ਚਿਆਣਾ ਸਾਹਿਬ ਬੜੇ ਇੱਕ ਪਰੇਉਂਦੇ ਬੰਦੇ ਉਹਨਾਂ ਤੇ ਭਾਈ ਸਾਰੀ ਜ਼ਿੰਮੇਵਾਰੀ ਲਾਈ ਬਾ ਕਿਸ ਵੇਲੇ ਕੋਈ ਐਮਰਜੈਂਸੀ ਬਣ ਜਾਏ ਇੰਜ ਕਰਨਾ ਜਿਵੇਂ ਚਾਚੂ ਮਨਵਰ ਸਾਹਿਬ ਆਖਿਆ ਉਹਨਾਂ ਦੀ ਗੱਲ ਉਸਲੇ ਮੰਨਣੀ ਖੈਰ ਗੱਲ ਕਿਹੜੀ ਐ ਬੱਜਣ ਆਇਆ ਗਾ ਟਰਦਾ ਹੋਵੇ ਤੇ ਫੈਰ ਕਰਦਾ ਹੋਵੇ ਉਹ ਜਿੱਥੇ ਅਸਾਂ ਮੋਰਚਾ ਬਣਾਇਆ ਨਾ ਉੱਥੋਂ ਤਾਂ ਜੇ ਤਲੀਆ ਪੜ ਗਿਆ ਇਟਾਂ ਪਈਆਂ ਕਿਸੇ ਘਰੇ ਦੀ ਉੱਥੇ ਮਜ਼ਦੂਰ ਲੱਗੇ ਹੋਵੇ ਨਾਸ ਨੋਸ ਗਿਆ ਤੋ ਇਟਾ ਦੀਆਂ ਟਰਾਲੀਆਂ ਲੱਥੀਆਂ ਉਹਨਾਂ ਦੇ ਪਿੱਛੇ ਹੋਏ ਰਾਤੇ ਵਿਗਾ ਇੱਕ ਵੇਥ ਰਹਿ ਗਈ ਉਸ ਬੰਦੇ ਵਿੱਚ ਤੇ ਸਾਡੇ ਦੇ ਤੇ ਹੁਣ ਚਾਚੂ ਮਨਵਰ ਰਾਖਿਆ ਬਾ ਗੱਲ ਇਹ ਬੰਦਾ ਸਨ ਲੈਸੀ ਸਿਰੋ ਸਨ ਮਾਰਨਾ ਜੀ ਹੁਣ ਇਸ ਵਿਗੇ ਵਿੱਚ ਇਸ ਪੈਰ ਦਰਿਆ ਨੂੰ ਫਾਇਰ ਸਿੱਧਾ ਮਾਰ ਛੜਿਆ ਹੁਣ ਵਾਈ ਵਾਲੀ ਗੱਲ ਨਹੀਂ ਰਹੀ ਤੇ ਮੈਨੂੰ ਚਾਚੂ ਮਨਵਰ ਰਹੀ ਜਾਂਦੇ ਨੇ ਜਿੱਤ ਵੇਲੇ ਦੀ ਫਾਇਰਿੰਗ ਹੁੰਦੀ ਪੀ ਟਿੱਪੂ ਇਹ ਇੱਕ ਹੀ ਬੰਦਾ ਅੱਗੋਂ ਫਾਇਰ ਕਰਦਾ ਪਿਆ ਇਹ ਬੰਦਾ ਸਾਲਾਂ ਦਾ ਪਿਆਦਿਆ ਨੇ ਅਸਲ ਜਿਹਨਾਂ ਬੰਦੇ ਆ ਪਿੱਛੋਂ ਸਨ ਪਉਣਾ ਉਹ ਪਿਛਲੇ ਰਾਏ ਲੋਣੇ ਤੂੰ ਪਿਛਲੇ ਮਣੇ ਕੱਦੀ ਆਲੇ ਮਣੇ ਨਾਲ ਖਲੋ ਲੋ ਉੱਥੋਂ ਵੇਖ ਉਦੋਂ ਪਈ ਲੋ ਜੇ ਉਦੋਂ ਤੈਨ ਕੋਈ ਬੰਦੇ ਦਿੱਸੇ ਤੇ ਮੋਣ ਦਸੀ ਖੁਦਾ ਦੀ ਕਸਮ ਬਾ ਚਾਚੂ ਦੀ ਗੱਲ ਸੁਣ ਕੇ ਕੋ ਜੂੰ ਫੈਰੰਗ ਹੁੰਦੀ ਪਈ ਹੋਵੇ ਤੇ ਕੋ ਜੂੰ ਮਤਲਬ ਬੰਦੇ ਪਿੱਛੋਂ ਪਉਣਨ ਤੇ ਆਜ ਆਖਰੀ ਦਿਹਾੜੇ ਮੈਂ ਕਸਮ ਚਾ ਕੇ ਆਂਦਾ ਭਰਾਵਾ ਫੇਰ ਵੀ ਭਾਈ ਹੁੰਦੇ ਆ ਉਤਾ ਤੇ ਜਾਣ ਸੰਨ ਮਾਰਦਾ ਵੀ ਕੋਈ ਨਹੀਂ ਪਿਆ ਮੇਰੀ ਇਤਨੀ ਮੇਰਾ ਜੁੱਸਾ ਇੰਝ ਕਮਦਾ ਮੈਂ ਦੁਨ ਦੱਸ ਨਹੀਂ ਸਕਦਾ ਮੈਨੂੰ ਉਸ ਵळे ਮੇਰੀ ਇਹ ਹਾਲਤ ਆਈ دہشت ਤੋਂ ਤੇ ਉਹ ਸਾਰੇ ਵਾਕਿਆਤ ਉਹ ਤੇ ਉਹ ਫੈਰੰਗ ਤੋਂ ਤੇ ਉਹ ਸੋਚ ਮੇਰੀ ਤੋਂ ਮੈਂਨ ਕੁਰਾਨ ਨਾ ਉਸ ਵळे ਕੋਈ ਬੰਦਾ ਸੂਈ ਮਾਰਦਾ ਮੈਂ ਮਰ ਜਾਣਾ ਇਹ ਜੇ ਬੰਦੇ ਉੱਤੇ ਉਹ ਖੋਫਤਾਰੀ ਹੋ ਜਾਂਦਾ ਹੈ ਤੇ ਉਹ ਇੰਝ ਦਾ ਲੰਮਾ ਹੋ ਜਾਂਦਾ ਹੈ ਖੈਰ ਗੱਲ ਕਿਹੜੀ ਹੈ ਉੱਥੇ ਮਣ ਕੀ ਕਰੀ ਇਹੀ ਸਹੀ ਹੋਵੇ ਜਾਣ ਪਹਿਲੋ ਹੀ ਨਿਕਲੋ ਹੀ ਸੋਕ ਗਏ ਹੋਏ ਹਰ ਚਾ ਕੱਲ ਕਿਹੜੀ ਫੈਰੰਗ ਆ ਬਗਾਤ ਤੋਂ ਉਸ ਬੰਦੇ ਦਾਕ ਛੜੀ ਇਹ ਦੋ ਗਾਲੀ ਜੋੜ ਗਏ ਤੇਰੀਆਂ ਇਤਾਂ ਇਤਾਂ ਕੀ ਤਾਂ ਨਿਕਲ ਆਈਦੇ ਤੇ ਉਹ ਨਜ਼ਾਰਾ ਕੋ ਫੇਰ ਨਾ ਕੀਤਾ ਅਸਾਂ ਵੀ ਫੇਰ ਰੱਕੇ ਤੇ ਮੋਣਾ ਨਾ ਵਗਰਨਾ ਖਲੋਜੋ ਖਲੋਜੋ ਹੱਥ ਖੜਾ ਕੀਤਾ ਸਜ਼ਾ ਕਿਹਾ ਹੁਣੇ ਨ ਕੀ ਹੋਇਆ ਚਾਚਾ ਮਨਵਰੇ ਆਖਿਆ ਖਲੋਜੋ ਸੁਣੋ ਕੀ ਇਦੋਂ ਗਾਲੀ ਲੱਗਿਆਂਦਾ ਬਕਵਾਸ ਹੋਆਂਦਾ ਗੋਨਾ ਨਾ ਕਰੋ ਕਿ ਕਿਉਂ ਨਾ ਕਰੀਏ ਬਕਵਾਸ ਤੂੰ ਜਿਹੜਾ ਮਡਾਸਾ ਲਾਇਆ ਥੋ ਭਾਈ ਸਾਰੇ ਬੰਦਿਆਂ ਨੂੰ ਪਤਾ ਮੇਰੀ ਅੱਲਾ ਜਨਤਾ ਹੀ ਘਰ ਕਰ ਮੇਰੀ ਫੁੱਫੀ ਦਾ ਪੁੱਤਰ ਤਾਰਕ ਰਾਜਾ ਨਮਾਣਾ ਥੋੜਾ ਠੀਕੇ ਸ਼ਿੱਕੇ ਲਾਂਦਾ ਥੇ ਅੱਲਾ ਕੋਲ ਜਲਦੀ ਠੁਰ ਗਿਆ ਲੇਕਿਨ ਉਹ ਗਦਨ ਉਹਦੇ ਮੋਨੇ ਦੀ ਫੂਆ ਲੈਟ ਫਕੀਰੀਆਂ ਆਲਾ ਗੜ ਕੈਮੇ ਦੇ ਹਲ ਲੱਗਿਆ ਆਪਣੇ ਸੰਗੀਆਂ ਕੋਲ ਉਹਨ ਕਿਸੇ ਦੱਸਿਆ ਬਾ ਤੁਹਾਡਾ ਪਿਛਾ ਰੋਲਾ ਪੇ ਆਇਆ ਕਬਜ਼ੇ ਦਾ ਤੂੰ ਉੱਥੋਂ ਜਨਾ ਕਿਸੇ ਬੇਲੀਏ ਨੂੰ ਸਾਖਿਆ ਮੈਂ ਲਾ ਤੂੰ ਸੇਗੀ ਤਦ ਮਖੇ ਉਹਨੇ ਕੀ 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 ਕੀਤਾ ਸਾਡੇ ਨਾਲ ਉਹ ਸਾਖਿਆ ਉਹ ਮੈਂ ਦਵਾਨ ਜਰਾ ਚੈੱਕ ਕੀਤਾ ਭਾਇਆ ਲਾ ਨਸਦੇ ਹੋ ਕੇ ਨਾ ਨਸਦੇ ਹੈ ਉਹ ਮੁੰਗਲ ਕਿਹੜੀ ਕੋਡ ਚੜੀ ਜਾਏ ਵਿੱਚੋਂ ਦੋ ਦਰਾਂ ਉਹਨਾਂ ਨੂੰ ਉੱਥੇ ਮਤਲਬ ਮਾਰੇ ਭਾਈ ਰਾਨਾ ਸਾਦਾ ਸਿਆਉਣਾ ਕਹਿਣ ਥਾਣੇ ਦੇ ਜਿੰਨਾ ਚਿਰ ਕਬਜ਼ਾ ਹੈ ਇਹਦਾ ਕੋਈ ਵਸਾ ਨਹੀਂ ਤੇ ਡਰ ਇਹ ਵੀ ਬੜਾ ਬੰਦਿਆ ਆਖਣਾ ਪੁੱਪੀ ਦਾ ਪੁੱਤਰ ਨਸ਼ੇ ਹੀ ਨਾ ਮਾੜਾ ਨਾ ਤੇ ਉਹਨ ਫੇਰ ਮਾਰ ਕੇ ਮੁਕਾਲਫਾਂ ਤੇ ਪਰਚਾ ਦੇ ਛੜਿਆ ਨਾ ਅੱਲਾ ਮਾਫੀ ਦੇਵੇ ਅੱਲਾ ਬਚਾਈ ਰੱਖੇ ਚਲੋ ਸਾਡਾ ਤੇ ਉਹ ਮਾਮਲਾ ਬੜਾ ਅੱਛੇ ਤਰੀਕੇ ਨਾਲ ਸੋਲਵ ਹੋ ਗਿਆ ਮਿੱਠੂ ਗੱਲ ਆਜੇ ਕਰਨੀ ਹੈ ਮਨੂਕਾ ਨਾਲ ਚਾਈ ਫਿਰਦੇ ਮੇਰੇ ਤੇ ਵੀ ਬੜੀ تنਕੀਦ ਹੋਈ ਮੈਂ ਵੀ ਜਤਲੇ ਪਿੱਛਾ ਗਿਆ ਕੋਈ ਜ਼ਾਤੀ ਮਸਲੇ ਆਣ ਹੋ ਅੱਗੋਂ ਇਨਸ਼ਾਅੱਲਾ ਅੱਲਾ ਕਰੇ ਦਾ ਇਹਦਾ ਮੌਕਾ ਨਹੀਂ ਹੋਣ ਲੱਗਾ ਲੇਕਿਨ ਵੀਰਾ ਇਹ ਇਨਸ਼ਾਅੱਲਾ ਸ਼ੌਕਾਂ ਦੀਆਂ ਫੱਦੀਆਂ ਇਨਸ਼ਾਅੱਲਾ ਖੁਦਾ ਕਿਸੇ ਵਾਸਤਾ ਨਾ ਪਵੇ ਕਦੀ ਇੰਜ ਦੀ ਸਿਚੁਏਸ਼ਨ ਨਾ ਹੋਵੇ ਕਿ ਦੁਨ ਸਾਹਮਣੇ ਹੋ ਕੇ ਕੋਈ ਫਾਇਰ ਕਰਾਂ ਲਾਪੋਂ ਤੇ ਜਿਹਨਾਂ ਕੁਰਾਨ ਨਾਲ ਮਜਬੂਰੀਆਂ ਲੀਆਂ ਚਾਹੀਆਂ ਨਾ ਮਿੱਠਿਆ ਉਹਨਾਂ ਦੀਆਂ ਮੋੜਿਆਂ ਉੱਤੇ ਨਾ ਮੈਂ ਮਤਲਬ ਆ ਵਗੇ ਪੈ ਪੈਨ ਤੇ ਉਹ ਇਸ ਘੜੀ ਨੇ ਸਾਖ ਦੇ ਇਨਸ਼ਾਅੱਲਾ ਸਨ ਕੋਈ ਇੱਕ ਵਾਰ ਆ ਕੇ ਮੈਂ ਖੁਦਾ ਦਾ ਨਾ ਤੁਹਾਡਾ ਮਾਮਲਾ ਮੋ ਗਿਆ ਬੰਦੂ ਕਾ ਲੜਾ ਮੇਰਾ ਭਾਈ ਆ ਖਾਸ ਕਰਕੇ ਮੇਰੇ ਜ਼ਿਲੇ ਅੱਗੇ ਤੇ ਮੋੜ ਤੁਹਾਡੇ ਸਾਰੇ ਅੱਗੇ ਪੀ ਲੈ ਕੁਰਾਨ ਸ਼ਰੀਫ ਮਜੀਦ ਦੀਆਂ ਸੁਕੀਆਂ ਗੱਲਾਂ ਸੁਕੀਆਂ ਪੜਵਾਈਆਂ ਸੁਕੀਆਂ ਚੁਦਰਾਟਾਂ ਇੰਜੇ ਤਿੜਨਾ ਬੰਦਾ ਹੋਵਾ ਉਹ ਇੰਜ ਉਹਦੇ ਵੀ ਬੰਦੇ ਜਿਵੇਂ ਔਡੀ ਵਾਲੀ ਗੱਲਾਂ ਨਾਲ ਜਾਣੂ ਅੱਗੇ ਪਾਡੀਆਂ ਮਾਰਨ ਲੱਗਿਆ ਆਪੇ ਆਪਣੇ ਸਮਝਣ ਸਮਝ ਲੈਂਦੇ ਨੇ ਇੰਜ ਨਾ ਕੀਤਾ ਕਰੋ ਸਭਾ ਵਿੱਚ ਗੱਲਾਂ ਫਸੀਆਂ ਬੜੀਆਂ ਉਖੀਆਂ ਹੋ ਜਾਂਦੀਆਂ ਨੇ ਤੇ ਇਹ ਛਾਲਾ ਪੇੜ ਕੋਈ ਕਿਸੇ ਮੇਰਾ ਵਿਖਾਵੇ ਤੇ ਜੇ ਇਹ ਨਾ ਗੋਲਿਆਂ 'ਚ ਪੈ ਜਾਵੀਏ ਤੇ نسلਾਂ ਤਬਾਹ ਹੋ ਜਾਂਦੀਆਂ ਨੇ ਜ਼ਿੰਦਗੀਆਂ ਅੱਲਾ ਪੈਸੇ ਦਿੱਤੇ ਗੱਡੀਆਂ ਦਿੱਤੀਆਂ ਘਰ ਦਿੱਤੇ ਨ ਸਵਾਬ ਨੇ ਬੜਿਆ ਹੋ ਜੀ ਜੋ ਤੇ ਜੀ ਆਉਣਦੇ ਹੋ ਖੁਸ਼ ਹੋ ਕੇ ਖਾਓ ਇਹਦਾ ਕੋਈ ਫਾਇਦਾ ਨਹੀਂ ਇੱਕ ਵਾਰੀ ਇਸ ਗੋਲੇ ਪਾਏਗਾ ਨਾ ਮੋਣੋ ਘਰਾਂ ਆਂਦੇ ਨਾ ਉਹ ਗੱਡੀਆਂ ਦੀਆਂ ਮੋਜਾਂ ਨਾ ਉਹ ਆਜ਼ਾਦੀਆਂ ਰਾਂਦੀਆਂ ਇਹਨਾਂ ਚਦਰਾਂਟਾਂ ਚੋਂ ਇਨਾ ਨਾ ਉਮਰੀਦਿਆਂ ਬੇਵਕੂਫੀਆਂ ਚੋਂ ਇਨਾ ਬਦਮਾਸ਼ਾਂ ਚ ਕੋਈ ਨਹੀਂ ਬੰਦੇ ਸਾਰੇ ਬਰਾਬਰ ਨੇ ਹਰ ਬੰਦੇ ਆਪਣੇ ਘਰ ਚੋਦਰੀ ਹਰ ਬੰਦੇ ਦੀ ਜ਼ਾਤ ਵੱਡੀ ਹਰ ਬੰਦੇ ਕੋਲ ਸੋਰਸਸ ਹੋਰ ਹਰ ਬੰਦੇ ਦਾ ਸਿਆਸਦਾਨਾਂ ਨਾਲ ਅੱਜਕੱਲ ਡਾਇਰੈਕਟ ਤਲਕ ਕੇ ਤੇ ਇਸ ਵਾਸਤੇ ਕਿਸੇ ਨੂੰ ਤੇਲ ਵਖਾਣਾ ਵਿੱਚੋਂ ਕੱਢਣਾ ਕੀ ਏ ਸਾਰੇ ਬੰਦੇ ਮੈਂ ਤੇ ਆ ਨਾ ਮੇਰੇ ਤੋਤੇ ਡਾਡਲ ਇੱਥੇ ਗੱਲਾਂ ਡਕਸਾਕਸ ਹੱਸਦੇ ਰਹੋ ਵਸਦੇ ਰਹੋ ਉਝਿਆ ਟਾਲਾਈ ਰਹੋ ਰੱਬ ਸੁਣਦੇ ਆ 50 ਤਾਂ ਲੈਣੀ ਐ ਇਸ ਪਾਰਟ ਨੂੰ ਕਰੀ ਸ਼ੇਅਰ ਕਰਨਾ